ਅੱਜ ਲੁਧਿਆਣਾ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਰਦਾਰ ਸਿਮਰਨਜੀਤ ਸਿੰਘ ਬੈਂਸ ਵੱਲੋਂ ਉਹਨਾਂ ਦੇ ਦਫ਼ਤਰ ਵਿੱਚ ਇੱਕ ਗੀਤ ਦਸ ਸਾਡੀ ਸਰਕਾਰੀ ਅਤੇ ਉਸਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਸਰਦਾਰ ਬੈਂਸ ਨੇ ਗਾਇਕ ਅਤੇ ਲੇਖਕ ਮੀਤ ਸੰਧੂ ਨੂੰ ਜਿੱਥੇ ਮੁਬਾਰਕਬਾਦ ਦਿੱਤੀ, ਉੱਥੇ ਹੀ ਅੱਜ ਦੇ ਸਮੇਂ 'ਤੇ ਟੁੱਕਦੇ ਇਸ ਗੀਤ ਦੀ ਸ਼ਲਾਘਾ ਕੀਤੀ ਅਤੇ ਪਰਮਾਤਮਾ ਅੱਗੇ ਦੁਆ ਕੀਤੀ ਕਿ ਇਹ ਗੀਤ ਲੋਕ ਗੀਤ ਬਣ ਕੇ ਬੁਲੰਦੀਆਂ ਨੂੰ ਛੂਵੇ। ਇਸ ਮੌਕੇ ਅਮਨਦੀਪ ਸ਼ਰਮਾ ਅਤੇ ਰਸ਼ਪਾਲ ਸਾਗਰ ਹਾਜ਼ਰ ਸਨ। ਸੋ ਦੋਸਤੋ, ਮੈਂ ਮੀਤ ਸੰਧੂ ਛੋਟੇ ਵੀਰ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਦੱਸ ਸਾਡੀ ਇਹ ਸਰਕਾਰੀ ਨੌਕਰੀ ਕਦੋਂ ਮਿਲੂ? ਸੋ ਸਮੇਂ ਦੀ ਨਜ਼ਾਕਤ ਨੂੰ ਪਛਾਣਦੇ ਹੋਏ, ਸਮੇਂ ਦੀ ਹਕੂਮਤ ਵੱਲੋਂ ਕੀਤੇ ਹੋਏ ਵਾਅਦੇ, ਇਕੱਲੀ ਇਸ ਹਕੂਮਤ ਵੱਲੋਂ ਨਹੀਂ, ਅਕਸਰ ਹਕੂਮਤਾਂ ਸਰਕਾਰਾਂ ਦੇ ਵਿੱਚ ਆਉਣ ਤੋਂ ਪਹਿਲਾਂ ਵਾਅਦੇ ਬੜੇ ਕਰਦੀਆਂ ਅਤੇ ਫਿਰ ਉਹ ਵਾਅਦੇ ਵਫਾ ਨਹੀਂ ਹੁੰਦੇ। ਸੋ ਬੜਾ ਵਧੀਆ ਸਮੇਂ ਦੇ ਉੱਤੇ ਚੋਟ ਕਰਦਾ ਹੋਇਆ ਇਹ ਗੀਤ ਹੈ। ਵਾਹਿਗੁਰੂ ਕਿਰਪਾ ਕਰੇ ਇਹ ਗੀਤ ਲੋਕ ਗੀਤ ਬਣ ਜੇ। ਅਸਲ ਪਛਾਣ ਹੁੰਦੀ ਹੈ ਜਦੋਂ ਕਿਸੇ ਵੀ ਸਿੰਗਰ ਦਾ ਗੀਤ ਕੋਈ ਲੋਕ ਗੀਤ ਬਣ ਜਾਂਦਾ ਅਤੇ ਫਿਰ ਉਹ ਸਿੰਗਰ ਦੀ ਸਹੀ ਮਾਨਿਆਂ ਦੇ ਵਿੱਚ ਪ੍ਰਾਪਤੀ ਮੰਜ਼ਿਲਾਂ ਵੱਲ ਜਾਣ ਵੱਲ ਇਸ਼ਾਰਾ ਹੁੰਦਾ। ਸੋ ਮੈਂ ਮੀਤ ਸੰਧੂ ਨੂੰ, ਛੋਟੇ ਵੀਰ ਜਿਨ੍ਹਾਂ ਨੇ ਮਿਊਜ਼ਿਕ ਦਿੱਤਾ, ਸਾਗਰ ਜੀ ਦਾ ਬੇਟਾ, ਔਰ ਸਾਰੇ ਦੋਸਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਚੰਗੀ ਗਾਇਕੀ ਜਿਹੜੀ ਸਮਾਜ ਨੂੰ ਸੇਧ ਦਿੰਦੀ ਹੋਵੇ, ਚੰਗੇ ਬੋਲ ਜਿਹੜੇ ਅਸੀਂ ਪਰਿਵਾਰ ਦੇ ਵਿੱਚ ਮਾਂ ਭੈਣ ਦੇ ਨਾਲ ਬੱਚਿਆਂ ਦੇ ਨਾਲ ਬੈਠ ਕੇ ਸੁਣ ਸਕੀਏ। ਸੋ ਐਸੀ ਪੰਜਾਬ ਦੀ ਗਾਇਕੀ ਜਿਹੜੀ ਆ ਉਹ ਮੀਤ ਸੰਧੂ ਵਰਗੇ ਯੋਧੇ ਗਾਉਂਦੇ ਰਹਿਣ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੇ ਰਹਿਣ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮੁਬਾਰਕਬਾਦ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਮੀਤ ਸੰਧੂ, ਇਹ ਜੋ ਗੀਤ ਤੁਹਾਡੀ ਨਜ਼ਰ ਕੀਤਾ ਆ, ਤੁਹਾਡੀ ਕਚਹਿਰੀ ਵਿੱਚ ਦਿੱਤਾ ਗੀਤ, ਇਹ ਗੀਤ ਅਜੋਕੇ ਪੰਜਾਬ ਦੀ ਜਿਹੜੀ ਸਥਿਤੀ ਬਣੀ ਹੋਈ ਆ ਉਸ ਨੂੰ ਧਿਆਨ ਵਿੱਚ ਰੱਖਦਿਆਂ ਹੋਏ ਲਿਖਿਆ ਗਿਆ ਸੀ, ਔਰ ਉਹੀ ਹੀ ਸਾਰਾ ਕੁਛ ਗਾ ਕੇ ਜਿਹੜਾ ਤੁਹਾਡੇ ਸਾਹਮਣੇ ਪੇਸ਼ ਕੀਤਾ ਆ। ਇਹਦੇ ਵਿੱਚ ਪੰਜਾਬ ਦੀ ਜਿਹੜੀ ਸਥਿਤੀ ਆ, ਜਿਵੇਂ ਪੰਜਾਬ ਦੇ ਜਿਹੜੇ ਨੌਜਵਾਨ ਪੀੜ੍ਹੀ ਆ ਇਹ ਆਪਣੇ ਰੁਜ਼ਗਾਰ ਨਾ ਮਿਲਣ ਕਾਰਨ ਬਾਹਰ ਨੂੰ ਜਾ ਰਹੀ ਆ, ਔਰ ਨਸ਼ਿਆਂ ਦੇ ਵਿੱਚ ਜਿਹੜੀ ਆ ਵਿਲ ਬੇਰੁਜ਼ਗਾਰ ਹੋਣ ਕਾਰਨ ਨਸ਼ਿਆਂ ਦੇ ਵਿੱਚ ਜਿਹੜੀ ਆ ਗਰਕ ਹੋ ਰਹੀ ਆ। ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖਦਿਆਂ ਹੋਏ ਗੀਤ ਗਾਇਆ ਗਿਆ ਆ। ਜਿਵੇਂ ਮਾਣਕ ਸਾਹਿਬ ਕਹਿੰਦੇ ਹੁੰਦੇ ਸੀ ਕਿ ਉਹ ਗੀਤ ਗਾਉਣ ਦਾ ਕੋਈ ਫਾਇਦਾ ਨਹੀਂ ਜਿਸ ਦਾ ਕੋਈ ਜਨਤਾ ਨੂੰ ਸੁਨੇਹਾ ਨਹੀਂ ਜਾਂਦਾ, ਅਤੇ ਸਰੋਤਿਆਂ ਨੂੰ ਵੀ ਅਜਿਹੇ ਗੀਤ ਸੁਣਨ ਦਾ ਕੋਈ ਫਾਇਦਾ ਨਹੀਂ ਜਿਹਦੇ ਨਾਲ ਕੋਈ ਸੇਧ ਨਹੀਂ ਮਿਲਦੀ। ਸੋ ਇਸੇ ਕਰਕੇ ਹੀ ਇਹ ਗੀਤ ਇੱਕ ਵਧੀਆ ਥੀਮ ਨੂੰ ਕੈਮਰਾਮੈਨ ਦਲਜੀਤ ਰਾਣਾ ਦੇ ਨਾਲ ਬਿਊਰੋ ਰਿਪੋਰਟ KDT ਨਿਊਜ਼ ਲੁਧਿਆਣਾ ਲਿਖਿਆ ਗਿਆ ਆ ਅਤੇ ਗਾਇਆ ਗਿਆ ਆ। ਇਹਦਾ ਜਿਹੜਾ ਮਿਊਜ਼ਿਕ ਆ ਉਹ ਮਾਨ ਸਾਗਰ ਨੇ ਦਿੱਤਾ, ਨੌਜਵਾਨ ਮੁੰਡੇ ਨੇ, ਅਤੇ ਕੰਪਨੀ ਜਿਹੜੀ ਆ ਉਹ ਸਟੇਅ ਰਿਕਾਰਡਸ ਨੇ ਇਹ ਆਪਦੀ ਨਜ਼ਰ 'ਚ ਪੇਸ਼ ਕੀਤਾ ਆ। ਬਹੁਤ ਬਹੁਤ ਥੈਂਕ ਯੂ।